ਜਿਹੜੇ ਸੁਰੰਗੀਆਂ ਜਾਂ ਨਾਨਕ ਸਰ ਜਿਹੜੇ ਨੇ ਪੁਰਾਣੇ ਨਾਮ ਜਦੋਂ ਸਿੱਖ ਵਗੈਰਾ ਇੱਥੇ ਰਹਿੰਦੇ ਸੀ ਨਾ ਉਦੋਂ ਇਹਨਾਂ ਪਿੰਡਾਂ ਦਾ ਨਾਮ ਇਹ ਸੀਗੇ। ਫੈਸਲਾਬਾਦ ਉਹ ਘੁੰਮ ਘੁੰਮਾ ਕੇ ਨਾ ਅਸੀਂ ਦੁਬਾਰਾ ਹੁਣ ਦੇ ਘਰ ਆ ਗਏ ਹਾਂ। ਅਜਮਲ ਮੈਨੂੰ ਜਾ ਕੇ ਨਾ ਪੈਂਥਰੋਂ ਲੈ ਕੇ ਆਇਆ। ਉਹ 5-6 ਕਿਲੋਮੀਟਰ ਹੈਗਾ ਪੈਂਥਰਾਂ ਅਤੇ ਉੱਥੋਂ ਫਿਰ ਸ਼ਹਿਰ ਕੋਈ ਨਹੀਂ ਆਉਂਦੀ ਹੈਗੀ ਇਹਨੂੰ ਇੱਦਾਂ। ਸੁਬਹ ਤੋਂ ਮੈਂ ਗੱਡੀ ਚੜ੍ਹ ਕੇ ਚਲਾ ਗਿਆ ਸੀਗਾ। ਅੱਬੂ ਹੁਣਾਂ ਦੀ ਤਬੀਅਤ ਹੁਣ ਕਾਫੀ ਬਿਹਤਰ ਆ ਪਰ ਕਮਜ਼ੋਰੀ ਬਹੁਤ ਜ਼ਿਆਦਾ ਹੋਈ ਹੈ। ਜ਼ਿਆਦਾ ਦੇਰ ਨਾਲ ਬੈਠ ਨਹੀਂ ਹੁੰਦਾ। ਪੈਂਸਰੇ ਤੱਕ ਨਾ ਰਾਹ ਸਾਰਾ ਜਿਹੜਾ ਨਾ ਇੱਦਾਂ ਹੀ ਆ, ਟੁੱਟੀ ਹੋਈ ਸੜਕ ਹੀ ਆ। ਪੈਂਸਰੇ ਤੋਂ ਅੱਗੇ ਫਿਰ ਰਾਹ ਜਿਹੜਾ ਨਾ ਠੀਕ ਸ਼ੁਰੂ ਹੋ ਜਾਂਦਾ। ਸਾਡਾ ਨਾ ਵਾਪਸੀ ਦਾ ਸਫ਼ਰ ਸ਼ੁਰੂ ਹੋ ਗਿਆ। ਆਉਂਦੇ ਹੋਏ ਤਾਂ ਅਸੀਂ ਆਏ ਸੀ GT ਰੋਡ ਤੋਂ, ਉਹ ਸਾਰਾ ਟੁੱਟਿਆ ਹੀ ਹੈ ਜਿੱਦਾਂ ਤੁਸੀਂ ਆਹ ਵੀਡੀਓ 'ਚ ਦੇਖਿਆ ਵਾ। ਆਹੀ ਸਾਲ ਹੀ ਆ, ਕਿਤੇ ਗੱਡੀਆਂ ਆਇਆ ਨੂੰ ਤਾਂ ਕਿਤੇ ਆਇਆ ਨੂੰ, ਕਿਤੇ ਬ੍ਰੇਕ ਤਾਂ ਕਿਤੇ ਚਲਾ ਲਓ। ਅਤੇ ਹੁਣ ਜਾਵਾਂਗੇ ਅਸੀਂ ਰਸਤਾ ਮੋਟਰਵੇ, ਬਾਕੀ ਮੋਟਰਵੇ ਆਉਣ ਵਾਲੀ ਹੈ। ਮੋਟਰਵੇ 'ਤੇ ਗੱਡੀ ਚੜ੍ਹੇਗੀ ਨਾ ਤਾਂ ਸਫ਼ਰ ਜਿਹੜਾ ਜਲਦੀ ਮੁੱਕ ਜਾਏਗਾ ਸਾਡਾ। ਨਾਲੇ ਰਾਹ 'ਤੇ ਸਾਡਾ ਸਟਾਫ ਵੀ ਆ ਗੋਜਰੇ, ਅਜਮਲ ਹੁਣਾਂ ਦੇ ਉੱਥੇ ਰਹਿੰਦੀ ਆ ਮਾਸੀ। ਮਾਸੀ ਰਹਿੰਦੀ ਆ ਨਾ? ਪੈਂਸਰ ਅਸੀਂ ਪਹੁੰਚ ਗਏ ਹਾਂ, ਇੱਥੋਂ ਲੈਂਦੇ ਹਾਂ ਮਿਠਾਈ। ਅੱਗੇ ਮੋਟਰਵੇ ਸ਼ੁਰੂ ਹੋ ਜਾਣੀ ਹੈ। ਮੋਟਰਵੇ ਤੁਹਾਨੂੰ ਪਤਾ ਚੀਜ਼ ਮਿਲਦੀ ਨਹੀਂ, ਜੇ ਮਿਲਦੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ। ਪੈਂਸਰੇ ਇੰਟਰਚੇਂਜ ਤੋਂ ਨਾ ਗੋਜਰਾ ਇੰਟਰਚੇਂਜ ਤਕਰੀਬਨ 29 ਕਿਲੋਮੀਟਰ ਹੈ। ਉਹ ਸਾਨੂੰ ਤਕਰੀਬਨ 13-14 ਮਿੰਟ ਲੱਗੇ ਆ ਅਤੇ ਅਸੀਂ ਨਾ ਪਹੁੰਚ ਵੀ ਗਏ ਹਾਂ। ਇੰਟਰਚੇਂਜ 'ਤੇ ਅਸੀਂ ਪਹੁੰਚ ਗਏ ਹਾਂ। ਸਾਡੀ ਲਾਈਨ ਜਿਹੜੀ ਨਾ ਮੋਟਰਵੇ ਦੇ ਨਾਲੋਂ ਵੱਖਰੀ ਹੋ ਗਈ ਹੈ। ਅਸੀਂ ਹੁਣ ਮੋਟਰਵੇ ਛੱਡ ਕੇ ਹੁਣ GT ਰੋਡ 'ਤੇ ਆ ਜਾਵਾਂਗੇ। ਟੂਲ ਪਲਾਜ਼ਾ ਦੇਖੋ ਕਿੰਨਾ ਲੈਂਦੇ ਆ। ਟੂਲ ਪਲਾਜ਼ਾ ਦੇ ਰੇਟ ਜਿਹੜੇ ਨਾ ਕਾਫੀ ਜ਼ਿਆਦਾ ਵਧੇ ਹੋਏ ਆ। ਚਾਲੀ ਰੁਪਏ ਲੈ ਬਸ, ਬੜਾ ਜਾਇਜ਼ ਪੈਸੇ ਲਿਆ ਯਾਰ। 40 ਰੁਪਏ ਬੜੇ ਜਾਇਜ਼ ਪੈਸੇ ਲਿਆ ਮੋਟਰਵੇ ਵਾਲਿਆਂ ਨੇ। ਮੈਂ ਤਾਂ ਕੋਲ ਲੈਣਗੇ 100-130 ਰੁਪਏ ਲੈ ਲੈਣਗੇ। ਉਹਨਾਂ ਨੇ ਲਏ ਸਾਰੇ 40 ਰੁਪਏ। 29 ਕਿਲੋਮੀਟਰ ਸੀਗਾ ਪਰ ਮਿੰਟ ਸਾਰੇ ਜਿਹੜੇ ਨਾ 13-14 ਹੀ ਲੱਗੇ ਆ ਅਤੇ ਤੋੜ ਅਸੀਂ 30 ਕਿਲੋਮੀਟਰ ਜਿਹੜਾ ਸਫ਼ਰ ਤੈਅ ਕਰ ਲਿਆ, ਉਹ ਵੀ ਫਿਰ ਸਕੂਨ ਦੇ ਨਾਲ। ਗੋਜਰੇ ਸ਼ਹਿਰ ਦੇ ਕੋਲ ਪਹੁੰਚ ਗਏ ਅਸੀਂ। ਬੜੀਆਂ ਜੀਪਾਂ ਖੜੀਆਂ ਇੱਥੇ। ਸਲਾਮ ਅਲੈਕਮ ਮਸੇਰੇ, 307 ਆ ਗਿਆ, 308 ਇੱਧਰ ਆ ਗਿਆ। ਉਹ ਅਗਲੇ ਬੋਰਡ ਦੇ
ਜ਼ਿੰਦਗੀ 'ਚ ਨਾ ਪਹਿਲੀ ਵਾਰੀ ਮੈਂ ਆਇਆ ਗੋਜਰ ਸ਼ਹਿਰ ਵੀ ਆਹ ਜਿਹੜਾ ਇਲਾਕਾ ਸਾਰਾ ਇਹ ਸਾਰਾ ਨਾ ਪਹਿਲੀ ਵਾਰੀ ਮੈਂ ਦੇਖ ਰਿਹਾ ਸੀ ਉਹ ਸਿੱਧਾ ਪਿੰਡ ਜਾਂਦਾ ਯਾਰ ਮੈਂ ਮੁੜਿਆ ਉਹਨਾਂ ਨਹੀਂ ਦੀਗਾ ਹਾਂ ਆ ਸਹੀ ਹੈ ਨਾ ਸਾਫ ਸੁਥਰਾ ਰਾਹ ਹੈ ਫੈਸਲਾਬਾਦ ਅਸੀਂ ਗਏ ਸੀਗੇ ਚੱਕ 80 ਜੀਮਬੇ ਨਾਨਕਸਰ ਦੇ ਵਿੱਚ ਆ ਹੁਣ ਅਸੀਂ ਆਏ ਹਾਂ ਚੱਕ 308 ਜੀਮਬੇ ਦੇ ਵਿੱਚ ਸੁਰੰਗੀਆਂ ਇਹ ਜਿਹੜੇ ਸੁਰੰਗੀਆਂ ਜਾਂ ਨਾਨਕਸਰ ਜਿਹੜੇ ਨੇ ਪੁਰਾਣੇ ਨਾਮ ਜਦੋਂ ਸਿੱਖ ਵਗੈਰਾ ਇੱਥੇ ਰਹਿੰਦੇ ਸੀ ਨਾ ਉਦੋਂ ਇਹਨਾਂ ਪਿੰਡਾਂ ਦਾ ਨਾਮ ਇਹ ਸੀਗੇ ਫਿਰ ਜਦੋਂ ਬਾਅਦ 'ਚ ਜਦੋਂ ਬਾਅਦ 'ਚ ਜਦੋਂ ਪਾਕਿਸਤਾਨ ਬਣਿਆ ਨਾ ਅਤੇ ਫਿਰ ਜਿਹੜਾ ਨਾਮ ਤਬਦੀਲ ਕਰਕੇ ਨਾ ਫਿਰ 308 ਜਾਂ ਤਾਂ ਜੀਮਬੇ ਦਾ ਮੁਖਲ ਜਿਹੜਾ ਨਾਮ ਪੈ ਗਿਆ ਚੱਕਾਂ ਦੇ ਉਹ ਸਾਹਮਣੇ ਮਸਜਿਦ ਉਹ ਸਾਹਮਣੇ ਮਸਜਿਦ ਦਾ ਘਰ ਹੈ ਕਿਹੜਾ ਆਹਾ ਪੂਰਾ ਹੈ ਪੈਂਕੋ ਚੱਲ ਵੀ ਇਹ ਪਹਿਲਾਂ ਹੀ ਸਲਾਮ ਜੀ ਅੱਛਾ ਲੇਟ ਹੋ ਗਏ ਕਹਿੰਦੇ ਇੱਕ ਵਜੇ ਵੀ ਮੈਂ ਤੂੰ ਗਾਵਾਂ ਛਾਵਾਂ ਨਹੀਂ ਮੱਝਾਂ ਰੱਖੀਆਂ ਹੋਈਆਂ ਹੈ ਛੋਟੀਆਂ ਸਹੀ ਇਹ ਮੱਝਾਂ ਫਿਰ ਤਿਆਰ ਕਰਕੇ ਵੇਚ ਦਿੰਦਾ ਇਹਨਾਂ ਨੂੰ ਸਹੀ ਹੈਂ ਠੀਕ ਸਹੀ ਮੈਂ ਸੂਰਜ ਲੁਕਣ ਵਾਲਾ ਹੀ ਹੈ ਬਦਲਾਂ ਵਿੱਚ ਨਾ ਚਲੀਏ ਤੂੰ ਦੁਬਾਰਾ ਫਿਰ ਨਾ ਆ ਜਾ ਕੰਮ ਅੱਛਾ ਮਾਸੀ ਫਿਰ ਸਲਾਮ ਆ ਜਿਹੜਾ ਪਿੰਡ ਆ ਨਾ 308 ਸਾਡੇ ਕੋਲ ਨਾ ਉੱਥੇ ਰੱਖੇ ਜਾਂਦੇ ਜ਼ਿਆਦਾ ਗਾਵਾਂ ਇੱਥੇ ਜ਼ਿਆਦਾਤਰ ਹੈਗੀਆਂ ਮੱਝਾਂ ਅਤੇ ਰਖਵਾ ਜਿਹੜਾ ਨਾ ਉਹ ਬੜਾ ਪੱਕਾ ਵਾ ਮਾਹੌਲ ਵੀ ਜਿਹੜਾ ਨਾ ਥੋੜ੍ਹਾ ਦੇਸੀ ਜਿਹਾ ਹੀ ਆ ਅਤੇ ਮੈਨੂੰ ਤਾਂ ਬੜਾ ਪਸੰਦ ਆਇਆ ਗੈਸ ਗੂਸ ਹਰ ਚੀਜ਼ ਲੱਗੀ ਹੋਈ ਇੱਥੇ ਪਿੰਡ ਦੇ ਵਿੱਚ ਵੈਸੇ